ਅਤੇ ਇਸ ਵਲੋਗ ਵਿੱਚ ਮੈਂ ਵਿਖਾਊਂਗਾ ਕਿ ਮੈਂ ਸਾਰਾ ਦਿਨ ਕੀ ਕਰਦਾ ਹੈਗਾ, ਮੇਰਾ ਲਾਈਫ ਸਟਾਈਲ, ਮੈਂ ਆਪਣਾ ਸਾਰਾ ਦਿਨ ਕੀ ਕਰਦਾ ਘਰ, ਤੁਹਾਨੂੰ ਇਸ ਵਲੋਗ 'ਚ ਸਾਰਾ ਕੁਛ ਵੇਖਣ ਨੂੰ ਮਿਲੂਗਾ। ਅਤੇ ਵੈਲਕਮ ਬੈਕ ਟੂ ਅਰ ਚੈਨਲ ਗਾਈਜ਼, ਹੋਪ ਕਰਦਾ ਸਾਰੇ ਵਧੀਆ ਹੋਗੇ। ਅਤੇ ਪਿੱਛੇ ਦੇਖੋ ਸਵੇਰ ਦਾ ਟਾਈਮ ਹੈ ਅਤੇ ਵਲੋਗ ਸਟਾਰਟ ਮੈਂ ਕਰਤਾ, ਮੋਰਨਿੰਗ 'ਚ ਮਤਲਬ ਵਲੋਗ ਸਟਾਰਟ ਕਰਤਾ। ਅਤੇ ਪਿੱਛੇ ਧੁੰਦ ਦੇਖੋ ਕਿੰਨੀ ਪਈ ਹੋਈ ਹੈ, ਦੇਖ ਸਕਦੇ ਤੁਸੀਂ। ਅਤੇ ਮੈਂ ਤਾਂ ਹੀ ਟੋਪੀ ਪਾਈ ਨਹੀਂ, ਅਤੇ ਮੈਂ ਟੋਪੀ ਬਹੁਤ ਜ਼ਿਆਦਾ ਘੱਟ ਪਾਉਂਦਾ ਹੁੰਦਾ, ਟੋਪੀ ਬਹੁਤ ਘੱਟ ਮੈਂ ਪਾਉਣੀ। ਅਤੇ ਫਿਲਹਾਲ ਮੈਨੂੰ ਠੰਡ ਲੱਗਣੀ, ਮੈਂ ਛੱਤ 'ਤੇ ਇਸ ਵਕਤ। ਅਤੇ ਵਲੋਗ ਨੂੰ ਸਟਾਰਟ ਕਰਦੇ, ਵਲੋਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ, ਐਂਡ ਤੱਕ ਵੇਖਿਓ। ਅਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੈਂ ਤੁਹਾਨੂੰ ਸਾਰਾ ਵਲੋਗ ਵਿਖਾਊਂ। ਫਿਰ ਅਤੇ ਹਜੇ ਸਿਰ ਦੇ 7:30 ਹੋਏ ਨੇ, ਮੈਂ ਤਾਂ ਸ਼ੇਰੂ ਦੇ ਹਜੇ ਖੇਡਣ 24 ਘੰਟੇ ਟੈਗ ਹੀ ਕਰਦਾ ਹੁੰਦਾ ਮੇਰੇ। ਖੇਡਣ ਦਾ ਮੂਡ ਹੈ, ਖੇਡਣ ਦਾ ਮੂਡ ਹੈ। ਅਤੇ ਜਿਹਨੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਨਹੀਂ ਕੀਤਾ, ਲਿੰਕ ਡਿਸਕ੍ਰਿਪਸ਼ਨ 'ਚ ਹੈਗਾ, ਜਾ ਕੇ ਡਿਸਕ੍ਰਿਪਸ਼ਨ 'ਤੇ ਚੈੱਕ ਕਰੋ ਅਤੇ ਇੰਸਟਾਗ੍ਰਾਮ 'ਤੇ ਫਟਾਫਟ ਫੋਲੋ ਕਰ ਦਿਉ। ਅਤੇ ਆਹ ਵੇਖੋ ਵਲੌਗ ਦਾ ਬੰਦ, ਵਲੌਗ ਇੱਦਾਂ ਦਾ ਪਾਇਆ ਹੈ ਨਾ ਨਾ ਤੇ ਮੈਂ ਟੋਪੀ ਲਾ ਤੀ ਹੈ ਤੇ ਧੁੱਪ ਚੜ ਚੁੱਕੀ ਵੇਖ ਸਕਦੇ ਤੁਸੀਂ। ਤੇ ਮਤਲਬ ਕਿ 10-11 ਵਜੇ ਤੱਕ ਜਿਹੜਾ ਟਾਈਮ ਹੈ ਇਸ ਤਰ੍ਹਾਂ ਹੀ ਨਿਕਲ ਜਾਂਦਾ ਆ ਕੰਮ 'ਚ, ਕਦੇ ਇੱਧਰ ਕਦੇ ਉੱਧਰ। ਮੈਂ ਨਹਾਉਣਾ ਵੀ 12-1 ਵਜੇ ਆ, ਦੱਸਣਾ ਤਾਂ ਨਹੀਂ ਚਾਹੀਦਾ ਪਰ ਮੈਂ ਦੱਸਤਾ ਆ ਕਿਉਂਕਿ ਲਾਈਫ ਸਟਾਈਲ ਵਾਲਾ ਵਲੌਗ ਹੈ, ਕੋਈ ਚੱਕਰ ਨਹੀਂ ਹੈਗਾ। ਅਤੇ 11-12 ਵਜੇ ਨਹਾ ਕੇ ਉਸ ਤੋਂ ਬਾਅਦ ਫੋਨ 'ਤੇ ਥੋੜ੍ਹਾ ਬਹੁਤ ਰੀਲਸ ਵਗੈਰਾ ਵੇਖ ਲਈ ਦੀ ਆ, ਯੂਟਿਊਬ ਚਲਾ ਲਈਦਾ ਆ। 11-12 ਵਜੇ ਤੱਕ ਤਾਂ ਟਾਈਮ ਨਿਕਲ ਜਾਂਦਾ, ਕਦੇ ਉੱਧਰ ਚਲ ਗਏ ਕਦੇ ਉੱਧਰ ਚਲ ਗਏ, ਘੁੰਮਣ ਫਿਰਨਾ ਹੀ ਕਦੇ ਉੱਤੇ ਕਦੇ ਥੱਲੇ, ਸੋ ਇਸ ਤਰ੍ਹਾਂ ਹੀ ਟਾਈਮ ਨਿਕਲ ਜਾਂਦਾ 11-12 ਵਜੇ ਤੱਕ। ਫਿਰ ਬਾਅਦ ਵਿੱਚ ਨਹਾ ਲਈਦਾ ਆ, ਰਸੋਈ ਦੇ ਵਿੱਚ ਮੋਟਰਸਾਈਕਲ ਵਾੜਤਾ, ਬਾਕੀ ਜਿਹਨੇ ਵੀ ਹੁਣ ਟੂਰ ਵਾਲਾ ਵਲੌਗ ਨਹੀਂ ਦੇਖਿਆ ਆਈ ਬਟਨ ਤੇ ਕਲਿੱਕ ਕਰੋ, ਪਤਾ ਨਹੀਂ ਕਿੱਧਰ ਹੁੰਦਾ ਇੱਧਰ ਕਿੱਧਰ, ਆਈ ਡੋਂਟ ਨੋ, ਆਈ ਬਟਨ ਤੇ ਕਲਿੱਕ ਕਰੋ ਤਾਂ ਹੁਣ ਟੂਰ ਵਾਲਾ ਵਲੌਗ ਦੇਖ ਸਕਦੇ। ਹਾਂ ਮੰਮੀ ਨੇ ਆਪਣੀ ਰਸੋਈ ਦੇ ਵਿੱਚ ਆਪਣੀ ਫੋਟੋ ਲਾਈ। ਤੇਰੀ ਰੋਟੀ ਰੈਡੀ ਹੈ? ਤੇ ਖਾਣਾ ਪੀਣਾ ਬਿਲਕੁਲ ਡਨ ਹੋ ਚੁੱਕਿਆ ਵਾ, ਅਤੇ ਹੁਣ ਮੈਂ ਦਿਆਂ ਹਾਂ ਬਾਹਰ ਵੇਖਣ ਕਿ ਮੈਨੂੰ ਕੋਈ ਬਾਹਰ ਦੇਖਦੇ ਅਤੇ ਬਾਹਰ ਚੱਲੀਏ ਦੇਖਦੇ ਕੋਈ ਹੈਗਾ ਕਿ ਨਹੀਂ। ਇੱਧਰ ਤਾਂ ਫਿਲਹਾਲ ਕੋਈ ਨਹੀਂ ਹੈਗਾ, ਉੱਧਰ ਖੜ੍ਹੇ ਉੱਧਰ ਚੱਲਦੇ ਹਾਂ। ਸੋ ਤੁਹਾਨੂੰ ਮਿਲਦੇ ਹਾਂ 1.5 ਘੰਟੇ ਬਾਅਦ। ਅਤੇ 11:15 ਹੋਏ ਨੇ ਅਤੇ ਮੈਂ ਚੱਲਾਂ ਨਹਾਉਣ, ਛੇਤੀ ਚੱਲਾਂ ਨਹਾਉਣ, ਨਹੀਂ ਤਾਂ ਉੱਤਰ ਮੈਂ 12-1 ਵਜੇ ਨਹਾਉਣਾ ਹੁੰਦੇ, ਅਸੀਂ ਜਾਣਾ ਮਾਰਕੀਟ, ਮੈਂ ਇਸ ਕਰਕੇ ਲੱਗਾਂ ਛੇਤੀ ਨਹਾਉਣ। ਸੋ ਨਹਾ ਕੇ ਤਾਂ ਮੈਂ ਰੈਡੀ ਹਾਂ ਨਾਲ, ਅਤੇ ਆਹ ਮੈਂ ਰਹਿ ਦਿੱਤੀਆਂ ਸਾਫ ਹੀ ਸੀਗੀ, ਥੱਲੇ ਪੈਂਟ ਚੇਂਜ ਕੀਤੀ ਬਸ ਮੈਂ, ਅਤੇ ਹੁਣ ਚੱਲਿਆ ਮਾਰਕੀਟ। ਤੋਂ ਕਿੰਨਾ ਟਾਈਮ ਲੱਗਦਾ ਮਾਰਕੀਟ ਤੋਂ ਆ ਚੁੱਕੇ ਹਾਂ, ਫਿਲਹਾਲ ਟਾਈਮ ਹੈ 1:30 ਵੱਜ ਚੁੱਕੇ ਨੇ। ਤੁਹਾਨੂੰ ਕਰਦੇ ਹਾਂ ਬਰਗਰ ਦੀ ਅਨਬੋਕਸਿੰਗ, ਤੂੰ ਕਰ ਲਈ ਬਰਗਰ ਦੀ ਅਨਬੋਕਸਿੰਗ ਪੂਰਾ ਲਾ ਕੇ, ਤੈਨੂੰ ਪੈਂਟ ਤੋਂ ਫੜੇ ਬਹੁਤ ਮਾੜੇ ਜਿਹੇ ਬਟਨ ਖੋਲੀ ਦਿੰਦੇ ਬਸ ਇੰਨੇ ਕੀ, 2 ਵੱਜ ਚੁੱਕੇ ਨੇ, 6:00 ਸੱਜ ਚੁੱਕੇ ਨੇ, ਸੋ ਜਾ।
ਦੋ ਤਿੰਨ ਵਜੇ ਸ਼ੇਰੂ ਦਾ ਘੁੰਮਣ ਦਾ ਟਾਈਮ ਹੋ ਜਾਂਦਾ। ਬਾਕੀ ਸਵੇਰ ਦੇ 12 ਵਜੇ ਤੋਂ ਲੈ ਕੇ 4 ਜਾਂ 5 ਵਜੇ ਤੱਕ ਮੇਰਾ ਟਾਈਮ ਜਿਹੜਾ ਆ ਫੋਨ 'ਤੇ ਨਿਕਲ ਜਾਂਦਾ, ਯੂਟਿਊਬ ਇੰਸਟਾਗ੍ਰਾਮ ਬਸ ਇਹੋ ਹੀ ਚਲਾਉਂਦਾ ਰਹਿੰਦਾ ਮੈਂ, ਅਤੇ 12 ਤੋਂ 4 ਜਾਂ 5 ਜਾਂ 7 ਵਜੇ ਤੱਕ ਮੈਂ ਫੋਨ ਚਲਾਉਂਦਾ ਰਹਿੰਦਾ। ਅਤੇ ਬਾਕੀ ਯਾਰ ਮੈਂ ਤੁਹਾਨੂੰ ਸਾਰੇ ਦਿਨ ਦਾ ਜਿਹੜਾ ਸ਼ਡਿਊਲ ਲਾਈਨ ਵਾਈਜ਼ ਮੈਂ ਲਿਖ ਲੈਂਦਾ ਹਾਂ, ਵਾਰ ਵਾਰ ਫਿਰ ਭੁੱਲੂੰਗਾ ਹੈ ਨਾ, ਵਧੀਆ ਨਹੀਂ ਲੱਗਦਾ ਵੀਡੀਓ 'ਚ ਇੰਨੀ ਵਾਰ ਅੜ ਅੜ ਕੇ ਬੋਲਣਾ। ਸੋ ਮੈਂ ਤੁਹਾਨੂੰ ਪਹਿਲਾਂ ਸ਼ਡਿਊਲ ਦੱਸ ਦਿੰਦਾ ਵੀਡੀਓ ਦਾ ਕਿ ਮੈਂ ਸਾਰੇ ਦਿਨ ਦਾ ਸ਼ਡਿਊਲ ਹੈ ਨਾ ਮੈਂ ਲਿਖ। ਨੈਕਸਟ ਡੇ ਹੁੰਦੇ ਮੈਂ ਤਾਂ ਪਹਿਲਾਂ ਲਾਉਂਦਾ 2 ਵਜੇ ਉੱਠ ਕੇ ਫੋਨ ਚਾਰਜ, ਜਾਂ ਕਦੀ 2 ਵਜੇ ਉੱਠ ਜਾਈਦਾ, ਕਦੀ 5 ਵਜੇ ਉੱਠ ਜਾਈਦਾ, ਬਸ ਅੱਧੇ ਘੰਟੇ ਵਾਸਤੇ ਉੱਠ ਜਾਈਦਾ। 2 ਵਜੇ ਉੱਠੀਦਾ, 2:30 ਵਜੇ ਤੱਕ ਮੈਂ ਵਾਸ਼ਰੂਮ ਵਗੈਰਾ ਜਾ ਕੇ ਫੋਨ ਵਗੈਰਾ ਚਾਰਜ ਲਾ ਕੇ ਅਤੇ ਮੈਂ ਲੰਮੇ ਪੈ ਜਾਣਾ। ਫਿਰ ਜਿੰਨੇ ਵਜੇ ਮਰਜ਼ੀ ਉੱਠਾਂ, 2 ਵਜੇ ਤੋਂ ਲੈ ਕੇ 5 ਵਜੇ ਤੱਕ ਜਿੰਨੇ ਵਜੇ ਮਰਜ਼ੀ ਉੱਠ ਸਕਦਾ। 6 ਵਜੇ ਫਿਰ ਸ਼ੇਰੂ ਨੂੰ ਸੈਰ ਕਰਾਈ ਦੀ ਹੈ, ਕਦੀ ਮੈਂ ਕਰਾ ਲੈਣਾ, ਜਦ ਮੇਰਾ ਜੀ ਨਹੀਂ ਕਰਦਾ ਫਿਰ ਮੰਮੀ ਕਰਾ ਲੈਂਦੇ ਸੈਰ ਉੱਠ ਕੇ 6 ਵਜੇ। ਫਿਰ 7:30 ਤੋਂ 9 ਵਜੇ ਤੱਕ ਫੋਨ ਚਲਾ ਲਈਦਾ, ਫਿਰ 9 ਵਜੇ ਤੋਂ 12 ਵਜੇ ਤੱਕ ਇੱਧਰ ਉੱਧਰ ਯਾਰਾਂ ਦੋਸਤਾਂ ਵਿੱਚ ਬਾਹਰ ਰਹੀਦਾ ਘਰੋਂ 9 ਤੋਂ 12 ਵਜੇ ਤੱਕ। ਫਿਰ 1 ਵਜੇ ਤੋਂ ਬਾਅਦ ਨਹਾਲੀਦਾ, ਫਿਰ ਥੋੜ੍ਹੀ ਰੈਸਟ ਕਰੀਦੀ ਹੈ ਨਹਾਉਣ ਤੋਂ ਬਾਅਦ, 30 ਮਿੰਟ ਰੈਸਟ ਕਰਨ ਤੋਂ ਬਾਅਦ ਫਿਰ ਫੋਨ ਫੜ ਲਈਦਾ। ਫਿਰ ਸ਼ਾਮਾਂ ਦੇ 4 ਵਜੇ ਤੋਂ 4 ਵਜੇ ਤੱਕ ਫਿਰ ਫੋਨ ਨਹਾਉਣ ਤੋਂ ਬਾਅਦ ਫਿਰ ਸਾਰਾ ਦਿਨ ਮਤਲਬ ਫੋਨ ਹੀ ਫੋਨ ਹੈ। ਦੁਪਹਿਰ ਨੂੰ ਫਿਰ ਸ਼ਾਮ ਦੇ 4 ਵਜੇ ਫੋਨ ਮੈਂ ਛੱਡਣਾ, ਫਿਰ 5 ਵਜੇ ਮੈਂ ਬਾਹਰ ਚਲ ਜਾਣਾ ਫਿਰ ਯਾਰਾਂ ਦੋਸਤਾਂ ਦੇ ਵਿੱਚ, ਫਿਰ ਮੈਂ ਘਰੇ 7 ਘਰੇ ਆ ਕੇ 9 ਵਜੇ ਰੋਟੀ ਖਾ ਕੇ ਫਿਰ ਸੋ ਜਾਣਾ, ਅਤੇ ਨੈਕਸਟ ਡੇ ਫਿਰ ਆਹੀ ਕੰਟੀਨਿਊ। ਬਾਕੀ ਯਾਰ ਵਲੋਗ ਕਿੱਦਾਂ ਦਾ ਲੱਗਾ ਕਮੈਂਟ 'ਚ ਦੱਸਿਓ, ਅਤੇ ਜਿਹੜੇ ਚੈਨਲ 'ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਦਿਉ, ਬੈਲ ਆਈਕਨ ਤੋਂ ਬਾਅਦ ਜਦੋਂ ਵੀ ਮੇਰੀ ਨਿਊ ਵਲੋਗ ਆਊਗਾ ਤੁਹਾਨੂੰ ਪਤਾ ਲੱਗ ਜੂਗਾ, ਨੋਟੀਫਿਕੇਸ਼ਨ ਆ ਜੂਗਾ, ਬੈਲ ਆਈਕਨ ਨੂੰ ਟੈਪ ਕਰ ਦਿਉ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ। ਮਿਲਦੇ ਨੈਕਸਟ ਵਲੋਗ ਦੇ ਵਿੱਚ, ਟਿਲ ਦੈਨ ਟੇਕ ਕੇਅਰ, ਬਾਏ।